ਤੇ ਅੱਜ ਅਸੀਂ ਸਾਡੇ ਮੈਡਮ ਹਲਕਾ ਇੰਚਾਰਜ ਨੇ ਜੋ ਦਾਮਨ ਸਿੰਘ ਬਾਜਵਾ ਜੀ, ਉਹਨਾਂ ਦੀ ਰਹਿਨੁਮਾਈ ਹੇਠ ਕੈਂਪ ਲਾਇਆ ਹੋਇਆ, ਫੋਰਮ ਭਰ ਰਹੇ ਹਾਂ ਜਿਹੜੇ ਕਿ ਆਟਾ ਦਾਲ ਵਾਲੇ ਨਵੇਂ ਸਮਾਰਟ ਕਾਰਡ ਬਣਾਏ ਜਾਣਗੇ। ਜਿੱਦਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਨੀਲੇ ਕਾਰਡ ਬਣਾਏ ਸੀਗੇ ਅਤੇ ਉਹ ਅਕਾਲੀਆਂ ਨੇ ਆਪਦੇ ਰਿਸ਼ਤੇਦਾਰਾਂ ਦੇ ਬਣਾ ਤੇ, ਆਪਦੇ ਨੇੜੇ ਦੇ ਬੰਦਿਆਂ ਦੇ ਬਣਾ ਤੇ, ਪਰ ਜਿਹੜੇ ਯੋਗ ਬੰਦੇ ਸੀਗੇ ਐਕਚੁਅਲ 'ਚ ਜਿਨ੍ਹਾਂ ਨੂੰ ਸਸਤਾ ਆਟਾ ਦਾਲ ਮਿਲਣਾ ਚਾਹੀਦਾ, ਉਹਨਾਂ ਦੇ ਅੱਜ ਤੱਕ ਉਹ ਉਸ ਸਕੀਮ ਤੋਂ ਵਾਂਝੇ ਬੈਠੇ ਸੀ। ਇਸ ਕਰਕੇ ਕੈਪਟਨ ਸਾਹਿਬ ਨੇ ਬਹੁਤ ਵਧੀਆ ਇਹ ਨਵਾਂ ਮਤਲਬ ਕਦਮ ਚੱਕਿਆ ਕਿ ਇੱਕ ਸਮਾਰਟ ਕਾਰਡ ਬਣਾਇਆ ਜਾਏਗਾ, ਜਿੰਨੇ ਵੀ ਤੁਸੀਂ ਤੁਹਾਡਾ ਸਾਰਾ ਬਾਇਓਡਾਟਾ ਉਸ ਸਮਾਰਟ ਕਾਰਡ ਦੇ ਵਿੱਚ ਚਲਾ ਜਾਏਗਾ, ਔਰ ਤੁਸੀਂ ਜੋ ਵੀ ਸਕੀਮ ਨੂੰ ਡਿਜ਼ਰਵ ਕਰਦੇ ਹੋ ਉਹ ਸਕੀਮ ਆਟੋਮੈਟਿਕ ਤੁਹਾਡੇ ਸਮਾਰਟ ਕਾਰਡ ਦੇ ਨਾਲ ਅਟੈਚ ਹੋ ਜਾਊਗੀ। ਜਿੱਦਾਂ ਜਿਨ੍ਹਾਂ ਦੇ ਸਮਾਰਟ ਕਾਰਡ ਬਣਨਗੇ ਉਹਨਾਂ ਨੂੰ ਸਾਰਿਆਂ ਨੂੰ ਫ੍ਰੀ ਆਟਾ ਦਾਲ ਮਿਲੇਗਾ, ਫ੍ਰੀ ਹੋਰ ਰਾਸ਼ਨ ਜਿਹੜਾ ਵੀ ਕੋਈ ਸਰਕਾਰ ਵੱਲੋਂ ਆਉਂਦਾ ਉਹ ਮਿਲੇਗਾ, ਅਤੇ ਹੋਰ ਕੋਈ ਵੀ ਲੋਕ ਭਲਾਈ ਦੀ ਸਕੀਮ ਆਉਂਦੀ ਆ ਉਹ ਆਟੋਮੈਟਿਕਲੀ ਇਸ ਸਮਾਰਟ ਕਾਰਡ ਦੇ ਨਾਲ ਅਟੈਚ ਹੋ ਜਾਣੀ। ਹੁਣ ਤੱਕ ਕਿੰਨੇ ਫਾਰਮ ਭਰੇ ਗਏ? ਫੋਰਮ ਮੇਰੇ ਖਿਆਲ 'ਚ ਹੋ ਗਏ ਸਾਡੇ ਕੋਲ 250 ਫੋਰਮ ਜੀ। 450 ਕਾਰਡ ਪਹਿਲਾਂ ਬਣਿਆ ਹੋਇਆ ਸੀਗਾ ਜੀ, ਨੀਲਾ ਕਾਰਡ ਜਿਹੜਾ ਮਤਲਬ ਬਾਦਲ ਸਾਹਿਬ ਨੇ ਬਣਾਇਆ ਸੀ, ਅਤੇ ਉਹਦੇ 'ਚੋਂ ਮੇਰੇ ਖਿਆਲ 'ਚ ਘੱਟੋ ਘੱਟ ਵਾਲਾ ਤਾਂ ਮੈਂ ਕਹਿੰਦੇ ਨੇ ਵੀ 100 ਕਾਰਡ ਗਲਤ ਬਣਿਆ ਹੋਇਆ ਸੀਗਾ, 100 ਤਾਂ ਉਹ ਵੀ ਕੱਟ ਜਾਣਾ, ਪਿੱਛੇ ਰਹਿ ਗਿਆ 300 ਜੀ, ਅਤੇ 200 ਕਾਰਡ ਸਾਡਾ ਨਵਾਂ ਬਣ ਜਾਣਾ ਜੀ। ਜਿਹੜੇ ਕਿ SC ਪਰਿਵਾਰ BC ਪਰਿਵਾਰ ਬਿਲਕੁਲ ਹੀ ਵਾਂਝੇ ਰਹਿੰਦੇ ਸੀਗੇ ਪਿਛਲੇ ਸਾਡੇ ਮਤਲਬ ਸਰਕਾਰ ਦੇ ਹਿਸਾਬ ਨਾਲ ਜਿਹੜੇ ਕਾਰਡ ਬਣੇ ਸੀ ਉਹ ਟੋਟਲੀ ਤੁਸੀਂ ਇਹ ਕਹਿ ਲਓ ਵੀ 60% ਉਹਨਾਂ 'ਚ ਸਹੀ ਸੀ, 40% ਗਲਤ ਬਣੇ ਹੋਏ ਸੀਗੇ। ਅਸੀਂ ਇਸ ਗੱਲ ਦੀ ਸ਼ੋਰਟੀ ਦਿੰਦੇ ਹਾਂ ਕਿ ਸਾਡਾ ਇੱਕ ਵੀ ਕਾਰਡ ਗਲਤ ਨਹੀਂ ਹੋਊਗਾ, ਅਸੀਂ 100 ਦੇ 100% ਸਹੀ ਯੋਗ ਬੰਦਿਆਂ ਤੱਕ ਉਹਨਾਂ ਦੀਆਂ ਸਕੀਮਾਂ ਜੋ ਗਰੀਬਾਂ ਲਈ ਆ ਰਹੀਆਂ ਨੇ ਯੋਗ ਬੰਦਿਆਂ ਤੱਕ ਪਹੁੰਚਾਵਾਂਗੇ।